ਪੀਪਲਸ ਪਾਰਟੀ ਉਸ ਦੀ ਲੀਡਰਸ਼ਿਪ ਹਮੇਸ਼ਾ ਕਹਿੰਦੀ ਹੈ ਕਿ ਮਰਸੂ ਮਰਸੂ ਸਿੰਧ ਨਾ ਦੇਸੂ ਸਿੰਧ ਦੀ ਤਕਸੀਮ ਦੇ ਹਮੇਸ਼ਾ ਉਹ ਖਿਲਾਫ ਰਹੇ ਨੇ ਖਾਸ ਤੌਰ ਤੇ ਜਦੋਂ ਵੀ ਮਹਾਜਰ ਸੂਬੇ ਦੀ ਗੱਲ ਹੋਈ ਹੈ ਬੜੀ ਸਖਤੀ ਦੇ ਨਾਲ ਕਮਰ ਜ਼ਮਾਨ ਕਹਿਰਾ ਸਾਹਿਬ ਯੂਸਫ ਰਜ਼ਾ ਗਿਲਾਨੀ ਸਾਹਿਬ ਜਿਤਨੇ ਪੰਜਾਬ ਦੀ ਵੀ ਉਹਨਾਂ ਦੀ ਲੀਡਰਸ਼ਿਪ ਸਭ ਨੇ ਉਹਨਾਂ ਦੀ ਨਿੰਦਿਆ ਕੀਤੀ ਹੈ ਕਿ ਨਹੀਂ ਜੀ ਅਸੀਂ ਸਿੰਧ ਦੀ ਤਕਸੀਮ ਨਹੀਂ ਹੋਣ ਦੇਣੀ ਇਹ ਪੰਜਾਬ ਦਾ ਕੋਈ ਸਾਈਂ ਖਸਮ ਮੌਜੂਦ ਨਹੀਂ ਕਿ ਪੀਪਲਜ਼ ਪਾਰਟੀ ਦੇ ਮਨਸ਼ੂਰ ਵਿੱਚ ਸ਼ਾਮਲ ਹੈ ਕਿ ਅਸੀਂ ਪੰਜਾਬ ਨੂੰ ਦੋ ਹਿੱਸਿਆਂ ਵਿੱਚ ਤਕਸੀਮ ਕਰਕੇ ਤੇ ਇੱਕ ਸਰਾਇਕਿਸਤਾਨ ਅਲੱਗ ਸੁਬਾ ਬਣਾਵਾਂਗੇ ਹਾਲਾਂਕਿ ਉਹ ਸਾਰਾ ਪੰਜਾਬੀ ਇਲਾਕਾ ਪੰਜਾਬੀ ਬੋਲਦੇ ਨੇ ਪੰਜਾਬੀ ਰਹਿਤਲ ਪੰਜਾਬੀ ਬੋਲੀ ਸਾਰੀ ਉਹਨਾਂ ਨੇ ਜਨਾਬ ਪੀਪਲਜ਼ ਪਾਰਟੀ ਨਹੀਂ ਜਿਸ ਵੇਲੇ ਇਹਨਾਂ ਦਾ ਦੌਰੇ ਇਕਤਦਾਰ ਸੀ ਬੇਨजीर ਭੁੱਟੋ ਸਾਹਿਬਾ ਦੇ ਦੌਰ ਵਿੱਚ ਇਹਨਾਂ ਨੇ ਪੰਜਾਬ ਦੀਆਂ ਯੂਨੀਵਰਸਿਟੀਆਂ ਦੇ ਅੰਦਰ ਸਰਾਇਕੀ ਡਿਪਾਰਟਮੈਂਟ ਵੀ ਨਵੇਂ-ਨਵੇਂ ਜਾਦ ਕੀਤੇ ਉਹੀ ਜਿਹੜੇ ਸਰਾਇਕੀ ਬੋਲਣ ਵਾਲੇ ਜਿਹੜੇ ਇੱਥੇ ਸਿੰਧ ਦੇ ਵਿੱਚ ਮੌਜੂਦ ਨੇ ਉਹਦੇ ਸਿੰਧ ਦੇ ਵਿੱਚ ਕਿਉਂ ਨਹੀਂ ਇਹ ਦੂਜਾ ਉਹਨਾਂ ਸਰੈਕੀਆਂ ਲਈ ਸੂਬਾ ਫਿਰ ਬਣਾਉਂਦੇ ਜਾਂ ਫਿਰ ਜਦੋਂ ਇਹ ਸਰੈਕੀ ਸੂਬਾ ਅਗਰ فرض ਕਰੋ ਬਣਾਉਣਗੇ ਪੀਪਲਜ਼ ਪਾਰਟੀ ਵਾਲੇ ਤੇ ਕਿਆ ਉਹਦੇ ਵਿੱਚ ਸਿੰਧ ਦੇ ਜਿਹੜੇ ਸਰੈਕੀ ਇਲਾਕੇ ਨੇ ਉਹ ਵੀ ਸ਼ਾਮਲ ਕਰਨਗੇ ਕਦੀ ਨਹੀਂ ਉਹ ਸਿਰਫ ਪੰਜਾਬ ਨੂੰ ਵੰਡਣਾ ਚਾਹੁੰਦੇ ਨੇ